ਸਾਡੀ ਇੰਪਲੋਇਮੈਂਟ ਏਜੰਸੀ 360 ਆਵਰਸ ਅਤੇ ਜੋਬ ਰੈਡੀ ਪ੍ਰੋਗਰਾਮ ਲੱਭਣ ਵਿੱਚ ਸਹਾਇਤਾ ਕਰਦੀ ਹੈ। ਜਿੰਨਾ ਵੀ ਸਟੂਡੈਂਟ ਨੇ ਆਪਣੀ ਸਟੱਡੀ ਖਤਮ ਕਰ ਲਈ ਹੈ ਜਾਂ ਕਰਨ ਵਾਲੇ ਨੇ, ਉਹ ਸਾਡੇ ਨਾਲ ਕੰਟੈਕਟ ਕਰ। ਸਟੂਡੈਂਟਸ ਅਤੇ ਇੰਪਲੋਇਰ ਦੇ ਵਿਚਾਲੇ 360 ਆਵਰਸ ਨੂੰ ਅਤੇ ਜੋਬ ਰੈਡੀ ਪ੍ਰੋਗਰਾਮ ਨੂੰ ਲੈ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਾਫੀ ਡਿਸਪਿਊਟ ਹੋ ਰਹੇ ਨੇ। ਸੋ ਉਹਨਾਂ ਚੀਜ਼ਾਂ ਨੂੰ ਰੋਕਣ ਲਈ ਸਾਡੀ ਇੱਕੋ ਇੱਕ ਆਸਟ੍ਰੇਲੀਆ ਦੀ ਪਹਿਲੀ ਕੰਪਨੀ ਆ ਜਿਹੜੀ ਉਹਨਾਂ ਦੋਵਾਂ ਦੇ ਵਿਚਾਲੇ ਬ੍ਰਿਜ ਦੀ ਤਰ੍ਹਾਂ ਕੰਮ ਕਰਦੀ ਆ। ਹੁਣੇ ਆਸਟ੍ਰੇਲੀਅਨ ਗਵਰਨਮੈਂਟ ਨੇ ਨਵਾਂ ਵੀਜ਼ਾ ਇੰਟਰੋਡਿਊਸ ਕੀਤਾ 491, ਸਾਡੀ ਕੰਪਨੀ ਉਹਦੇ ਲਈ ਵੀ ਕੰਮ ਕਰਦੀ ਹੈ। ਜਿਹੜੀ ਵੀ ਸਟੂਡੈਂਟਸ ਨੇ ਆਪਣਾ ਸਟੇਟ ਸਪੋਂਸਰ ਪਾਉਣੀ ਹੈ ਜਾਂ ਕੰਟਰੀ ਸਾਈਡ ਜਾਣਾ ਆ, ਉਹਨੂੰ ਉਹਦੀ ਫੀਲਡ ਦੇ ਵਿੱਚ ਜੋ ਕਿ 12 ਮੰਥ ਦੀ ਕੰਟਰੈਕਟ ਜੋਬ ਚਾਹੀਦੀ ਆ, ਉਹ ਵੀ ਅਸੀਂ ਲੱਭ ਕੇ ਹੈਲਪ ਕਰਦੇ ਹਾਂ। ਆਪਣਾ ਫਰੈਂਡ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਅਸੀਂ ਇਸ ਵਾਰ ਗੱਲ ਕਰ ਰਹੇ ਹਾਂ ਸਟੂਡੈਂਟਸ ਦੀ, ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿਸ ਦਾ ਨਾਮ ਹੈ ਸੈਮੀ ਗਲੀਆਂ। ਤੁਹਾਨੂੰ ਨਾਮ ਤੋਂ ਹੀ ਪਤਾ ਚੱਲ ਗਿਆ ਹੋਏਗਾ ਕਿ ਉਹ ਸਾਰੇ ਅੱਖਾਂ ਜਿਹੜੀਆਂ ਆਉਂਦੀਆਂ ਤਾਂ ਕੁਝ ਸੁਪਨਿਆਂ ਦੇ ਨਾਲ ਨੇ, ਲੇਕਿਨ ਇੱਥੇ ਆਉਣ ਕੇ ਕੁਝ ਸਹਿਮ ਜੀਆਂ ਜਾਂਦੀਆਂ ਨੇ। ਔਰ ਉਹਨਾਂ ਦੇ ਕਰਕੇ ਸਪੈਸ਼ਲੀ ਇਹ ਪ੍ਰੋਗਰਾਮ ਲਿਆ ਜਾ ਰਿਹਾ ਹੈ ਤਾਂ ਕਿ ਉਹਨਾਂ ਦੀਆਂ ਮੁਸ਼ਕਲਾਂ ਨੂੰ, ਕਿਉਂ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ, ਇਹ ਜਾਣ ਸਕੀਏ। ਬਾਹਰਲੇ ਮੁਲਕਾਂ ਚ ਜਾਵਾਂਗੇ, ਪੱਕੇ ਹੋਵਾਂਗੇ, ਪੈਸੇ ਕਮਾਵਾਂਗੇ, ਆਪ ਵੀ ਸੈੱਟ ਹੋਵਾਂਗੇ, ਆਪਣੇ ਮਾਂ ਪਿਓ ਨੂੰ ਵੀ ਕਰਾਂਗੇ, ਆਪਣੇ ਪਰਿਵਾਰ ਨੂੰ ਵੀ ਕਰਾਂਗੇ, ਲੇਕਿਨ ਇੱਥੇ ਆਣ ਕੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ। ਅੱਜ ਦੇ ਫਸਟ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਐਸਾਂ ਦੇ ਕੁਛ ਲੋਕ ਆਏ ਨੇ ਜਿਹੜੇ ਇਹ ਸਟੂਡੈਂਟਸ ਦੀਆਂ ਮੁਸ਼ਕਲਾਂ ਨੂੰ ਬਹੁਤ ਨਜ਼ਦੀਕੀ ਦੇਖਦੇ ਨੇ ਐਵਰੀ ਡੇ ਲਾਈਫ ਦੇ ਵਿੱਚ। ਉਹਨਾਂ ਕੋਲ ਬਹੁਤ ਸਾਰੀਆਂ ਐਸਾਂ ਦੀਆਂ ਸਟੋਰੀਜ਼ ਨੇ, ਬਹੁਤ ਸਾਰੀਆਂ ਇਗਜ਼ੈਂਪਲਸ ਨੇ ਜਿਹੜੀਆਂ ਸਾਨੂੰ ਪਤਾ ਵੀ ਨਹੀਂ ਚੱਲਦੀਆਂ ਕਿ ਇੱਥੋਂ ਦੇ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਜਿਹੜੀ ਉਹ ਨਜ਼ਦੀਕੀ ਹੋ ਕੇ ਦੇਖਦੇ ਨੇ। ਸਾਡੇ ਨਾਲ ਜੀ ਇੱਥੇ ਆਪਣੇ ਫਸਟ ਐਪੀਸੋਡ ਦੇ ਵਿੱਚ ਸਾਡਾ ਸਾਥ ਦੇਣ ਆ ਰਹੇ ਨੇ ਜੋਬ ਰੈਡੀ ਲਿੰਕ ਤੋਂ ਜਸਟ ਰੰਧਾਵਾ ਜੀ ਐਂਡ ਕੁਲਦੀਪ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ। ਤੇ ਗੱਲ ਕਰ ਰਹੇ ਹਾਂ ਜਦੋਂ ਅੱਜ ਸੈਮੀ ਗਲੀਆਂ, ਨਾਮ ਹੈ ਇੱਕ ਸੈਮੀ ਜਿਹੀਆਂ ਐਸੀਆਂ ਅੱਖਾਂ ਜਿਹੜੀਆਂ ਸੁਪਨੇ ਲੈ ਕੇ ਆਉਂਦੀਆਂ ਨੇ, ਲੇਕਿਨ ਇੱਥੇ ਆਣ ਕੇ ਸਹਿਮੀਆਂ ਸਹਿਮੀਆਂ ਰਹਿੰਦੀਆਂ। ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਸਟੂਡੈਂਟਸ ਹੀ ਸਭ ਤੋਂ ਜ਼ਿਆਦਾ ਆਉਂਦੇ ਨੇ ਜਦੋਂ ਇੰਡੀਆ ਤੋਂ ਆਉਂਦੇ ਨੇ ਜਾਂ ਆਪਣੇ ਦੇਸ਼ ਤੋਂ ਆਉਂਦੇ ਨੇ, ਸੁਪਨੇ ਹੁੰਦੇ ਨੇ, ਇਹ ਸੋਚ ਕੇ ਆਉਂਦੇ ਨੇ ਕਿ ਅਸੀਂ ਮਾਂ ਪਿਓ ਦੇ ਵੀ ਸੁਪਨੇ ਪੂਰੇ ਕਰਾਂਗੇ, ਆਪ ਵੀ ਕਾਮਯਾਬ ਹੋਵਾਂਗੇ। ਇੱਥੇ ਆਣ ਕੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ, ਜਿਸ ਤਰ੍ਹਾਂ ਕਈ ਵਾਰੀ ਅਸੀਂ ਆਫ ਦਾ ਕੈਮਰਾ ਵੀ ਗੱਲ ਕਰਦੇ ਹਾਂ, ਐਸੀਆਂ ਮੁਸ਼ਕਲਾਂ ਸੁਣਦੇ ਹਾਂ ਜਿਹਦੇ ਬਾਰੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਸ਼ੁਰੂਆਤ ਕਰਦੇ ਹਾਂ ਛੋਟੀ ਜਿਹੀ ਮੁਸ਼ਕਲਾਂ ਤੋਂ ਕਿ ਕਿਸ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ, ਕਿਉਂਕਿ ਤੁਸੀਂ ਤਾਂ ਮੈਂ ਪਹਿਲਾਂ ਥੋੜ੍ਹੀ ਜਿਹੀ ਇੰਟਰੋਡਕਸ਼ਨ ਕਰਵਾ ਦੇਵਾਂ। ਇਹ ਜੋਬ ਰੈਡੀ ਲਿੰਕ ਦੇ ਵਿੱਚ ਕਿਉਂਕਿ ਇੰਪਲੋਇਮੈਂਟ ਏਜੰਸੀ ਚਲਾ ਰਹੇ ਨੇ ਅਤੇ ਸਟੂਡੈਂਟਸ ਰੈਗੂਲਰ ਤੁਹਾਡੇ ਇਨ ਟੱਚ ਵਿੱਚ ਹੁੰਦੇ ਨੇ, ਅਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਤੋਂ ਵੱਧ ਕੇ ਕਿਸੇ ਹੋਰ ਨੂੰ ਉਹਨਾਂ ਦੀਆਂ ਪ੍ਰੋਬਲਮਸ ਪਤਾ ਹੋ ਸਕਦੀਆਂ। ਸੋ ਥੋੜ੍ਹੀ ਜਿਹੀ ਇੰਟਰੋਡਕਸ਼ਨ ਹੋ ਜਾਏ ਕਿ ਕਿਸ ਕਿਸ ਤਰ੍ਹਾਂ ਦੇ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ। ਸਭ ਤੋਂ ਪਹਿਲਾਂ ਜੀ ਸਾਰੇ ਸਰੋਤਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ। ਜਿੱਦਾਂ ਤੁਸੀਂ ਕਹਿ ਦਿੱਤਾ ਸੈਮੀ ਗਲੀਆਂ, ਅਤੇ ਬੜਾ ਵਧੀਆ ਤੁਸੀਂ ਜਿਹੜਾ ਨਾਂ ਇਹ ਚੁਣ ਕੇ ਦੱਸਿਆ ਨਾ, ਅਤੇ ਬਾਕੀ ਸੈਮੀ ਗਲੀਆਂ ਵਾਂਗੂ ਹੀ ਸਟੂਡੈਂਟ ਘੁੰਮ ਰਹੇ ਨੇ ਸਾਰਿਆਂ ਦੇ ਆਲੇ ਦੁਆਲੇ, ਮਾਈਗ੍ਰੇਸ਼ਨ ਦੇ ਆਲੇ ਦੁਆਲੇ ਜਾਂ ਕਿਸੇ ਵੀ ਕੰਮ ਦੇ ਆਲੇ ਦੁਆਲੇ ਕਹਿ ਲਓ, ਸਟੂਡੈਂਟਸ ਆਉਂਦੇ ਨੇ ਇੱਥੇ, ਮੁਸ਼ਕਲਾਂ ਉਹ ਆਪਣੇ ਸਿਰ 'ਤੇ ਆਪ ਹੀ ਪਾਉਂਦੇ ਨੇ ਪਹਿਲਾਂ। ਉਹਦਾ ਫਸਟ ਰੀਜ਼ਨ ਇਹ ਆ ਕਿ ਇੰਡੀਆ ਤੋਂ ਜਾਂ ਹੋਰ ਵੀ ਕਈ ਕੰਟਰੀਆਂ ਤੋਂ ਸਟੂਡੈਂਟਸ ਆਉਂਦੇ ਨੇ, ਅਤੇ ਉਹ ਆਉਂਦਿਆਂ ਹੀ ਪਹਿਲਾਂ ਸਟੱਡੀ ਸ਼ੁਰੂ ਹੋ ਜਾਂਦੀ ਆ। ਚਲੋ 5-6 ਮਹੀਨੇ ਲੱਗਦੇ ਨੇ ਬੰਦੇ ਨੂੰ, ਉਹਨਾਂ ਨੂੰ ਚਾਹੀਦਾ ਕਿ ਆਉਂਦੇ ਆਪਣੇ ਫੀਲਡ ਵੱਲ ਤੁਰਨ, ਜਿਹੜਾ ਵੀ ਕੋਈ ਕੋਰਸ ਆ ਉਸ ਫੀਲਡ ਵੱਲ ਤੁਰਨ ਅਤੇ ਉਸ ਫੀਲਡ ਵਿੱਚ ਐਕਸਪੀਰੀਅੰਸ ਗੇਨ ਕਰਨ, ਜੋ ਕਿ ਸਾਡੇ ਸਟੂਡੈਂਟਸ ਨਹੀਂ ਕਰਦੇ। ਉਹਨਾਂ ਨੂੰ ਆਉਂਦਿਆਂ ਹੀ ਜਾਂ ਕਹਿ ਲਓ ਫੈਮਿਲੀਜ਼ ਪ੍ਰੋਬਲਮ ਕਹਿ ਲਓ, ਜਾਂ ਪਿੱਛੇ ਦੀਆਂ ਮੁਸ਼ਕਲਾਂ ਕਹਿ ਲਓ, ਜਾਂ ਫੀਸਾਂ ਕੱਢਣੀਆਂ ਉਹ ਕਹਿ ਲਓ ਮੁਸ਼ਕਲਾਂ, ਉਹ ਆ ਕੇ ਬਸ ਕੰਮ ਲੱਭਦੇ ਨੇ ਕਿ ਸਾਨੂੰ ਕਿਤੇ ਵੀ ਕੰਮ ਮਿਲ ਜਾਵੇ ਬਸ।
ਉਹ ਚ ਕੋਈ ਗਲਤ ਰਾਏ ਵੀ ਨਹੀਂ ਜੇ ਵੇਖਿਆ ਜਾਏ ਤੇ ਕਰਨ ਵੀ ਕੀ ਵਿਚਾਰੇ ਗੱਲ ਉਹੀ ਆ ਗਈ ਵੀ ਕਰਨ ਵੀ ਕੀ ਪਰ ਜੇ ਕੋਈ ਵੀ ਬੰਦਾ ਆ ਉਹ ਆਉਂਦਾ ਆ ਕੰਮ ਕਰਦਾ ਜਿੱਥੇ ਮਰਜ਼ੀ ਕਰੋ ਇੱਕ ਦਿਨ ਹੀ ਆਪਣੀ ਫੀਲਡ ਲੱਭ ਲਓ ਉਹਦੇ ਨਾਲ ਤੁਹਾਨੂੰ ਦੋ ਤਿੰਨ ਸਾਲ ਬਾਅਦ ਜਦੋਂ ਤੁਸੀਂ ਆਪਣੇ ਟਰੈਕ 'ਤੇ ਆਉਣਾ ਆ ਜਦੋਂ ਟੀ ਆਰ ਪੀ ਆਰ ਜਾਂ ਕੋਈ ਵੀ ਜੋਬ ਰੈਡੀ ਕਰਨੇ ਆ ਜਾਂ 360 hours ਕਰਨੇ ਆ ਤਾਂ ਤੁਹਾਡੇ ਇੱਕ ਲਿੰਕਸ ਹੋਣ ਕਿ ਹਾਂ ਅਸੀਂ ਕਰ ਸਕੀਏ ਪਰ ਨਹੀਂ ਆਪਣੇ ਵੀਰ ਭਰਾ ਨਹੀਂ ਕਰਦੇ ਚਲੋ ਤੁਸੀਂ ਗੱਲ ਕੀਤੀ ਹੈ ਕਿ ਸਭ ਤੋਂ ਪਹਿਲੀ ਮੁਸ਼ਕਿਲ ਆਉਂਦੀ ਪਈ ਹੈ ਉਹਨਾਂ ਨੂੰ ਕਿ ਉਹ ਆ ਰਹੇ ਨੇ ਆਪਣੇ ਫੀਲਡ ਦੇ ਵਿੱਚ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਨਹੀਂ ਲੱਭਦੇ ਬਿਲਕੁਲ ਲੇਕਿਨ ਜਦੋਂ ਆਉਂਦੇ ਨੇ ਤੁਹਾਨੂੰ ਪਤਾ ਕਿ ਜ਼ਿਆਦਾਤਰ ਇੰਡੀਆ ਤੋਂ ਇਸ ਤਰ੍ਹਾਂ ਦੇ ਪਰਿਵਾਰ ਨਾਲ ਬਿਲੋਂਗ ਕਰਦੇ ਨੇ ਜਿਹੜੇ ਜਾਂ ਤੇ ਕਰਜ਼ਾ ਚੁੱਕੇ ਜਾਂ ਆਪਣੇ ਘਰ 'ਚ ਜਿਹੜੀ ਜੋੜੀ ਹੋਈ ਪੂੰਜੀ ਹੈ ਉਹਨੂੰ ਭੇਜ ਕੇ ਮਾਂ ਪਿਓ ਲਗਾ ਕੇ ਇੱਕ ਸੁਪਨਿਆਂ ਭਰੀ ਜ਼ਿੰਦਗੀ ਸੁਪਨੇ ਅੱਖਾਂ 'ਚ ਲੈ ਕੇ ਬੱਚਿਆਂ ਨੂੰ ਇੱਥੇ ਭੇਜਦੇ ਨੇ ਇੱਥੇ ਆਣ ਕੇ ਉਹਨਾਂ ਨੂੰ ਸਿਰਫ ਇਹ ਚੀਜ਼ ਹੁੰਦੀ ਹੈ ਕਿ ਅਸੀਂ ਪੈਸਾ ਕਮਾਉਣਾ ਕਿਉਂਕਿ ਅਗਰ ਅਸੀਂ ਉਹ ਚੀਜ਼ ਦੇਖੀਏ ਨਾ ਰੁਪਇਆਂ ਨੂੰ ਡਾਲਰ ਦੇ ਵਿੱਚ ਕਨਵਰਟ ਕਰਨਾ ਨੋਟ ਈਜ਼ੀ ਇਟਸ ਨੋਟ ਈਜ਼ੀ ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਅਸੀਂ ਕੋਈ ਵੀ ਜੋਬ ਲੱਭ ਲਈਏ ਅਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਟੂਡੈਂਟ ਅਗਰ ਉਹ ਕੰਮ ਕਰ ਰਿਹਾ ਅਸੀਂ ਵੀ ਇਹ ਕੰਮ ਕੀਤੇ ਨੇ ਠੀਕ ਹੈ ਔਰ ਉਹ ਕਰ ਰਿਹਾ ਤਾਂ ਗਲਤ ਕਰ ਰਿਹਾ ਕਿਉਂਕਿ ਇੱਥੇ ਆਣ ਕੇ ਇੰਨੇ ਕੁ ਖਰਚੇ ਨੇ ਤੁਹਾਡਾ ਰਹਿਣ ਦਾ ਖਰਚਾ ਚਾਹੀਦਾ ਬੇਸਿਕ ਨੋਲੇਜ ਹੋਵੇ ਸੁਧਾਰ ਸਕੀਏ ਕਿਉਂਕਿ ਅਸੀਂ ਵੀ ਇਸ ਲਾਈਨ ਚੋਂ ਲੰਘੇ ਹੋਏ ਹਾਂ ਕੋਈ ਤੁਹਾਨੂੰ ਵੀ ਪਤਾ ਕਿ ਅਸੀਂ ਕਿਹੜੇ ਇੰਡੀਆ ਤੋਂ ਪੱਕੇ ਹੋ ਕੇ ਆ ਗਏ ਸਾਰਾ ਕੁਛ ਅਸੀਂ ਬੋਟਮ ਤੋਂ ਭਾਂਡੇ ਤੱਕ ਵੀ ਸਾਫ਼ ਕੀਤੇ ਹੋਏ ਇਹੋ ਜਿਹੀ ਗੱਲ ਨਹੀਂ ਹੈਗੀ ਤੇ ਸਾਰਾ ਕੁਛ ਕੀਤਾ ਹੋਇਆ ਇਹ ਇੱਕ ਚੀਜ਼ ਜਿਹੜੀ ਅਸੀਂ ਓਪਨ ਕੀਤੀ ਜੋਬ ਵਾਲੀ ਲਿੰਕ ਇਸੇ ਕਰਕੇ ਕੀਤੀ ਸੀ ਵੀ ਜੋ ਕੁਛ ਪਾਸਟ ਲੋਕਾਂ ਨਾਲ ਹੋਇਆ ਆ ਉਹ ਗਾਂਹ ਨਾ ਹੋ ਸਕਿਆ ਵੀ ਜੋ ਮੁਸ਼ਕਲਾਂ ਲੋਕਾਂ ਨੇ ਫੇਸ ਕੀਤੀਆਂ ਇੱਥੋਂ ਤੱਕ ਲੋਕ ਕੰਮ ਕਰ ਰਹੇ ਆ ਐਂਡ 'ਤੇ ਜਦੋਂ ਐਂਡ 'ਤੇ ਸਾਰਾ ਕੁਛ ਹੋਣ ਵਾਲਾ ਹੈ ਉਦੋਂ ਇੰਪਲੋਈ ਜਿਹੜਾ ਆ ਉਹ ਬੈਕ ਆਫ ਹੋ ਗਿਆ ਤੇ ਉਹ ਕੀ ਕਰੂਗਾ ਜਿਹੜਾ ਉਹਦਾ ਵਨ ਸਾਰਾ ਕਰੀਅਰ ਸਾਰਾ ਟਾਈਮ ਸਾਰਾ ਪੈਸਾ ਸਭ ਖਰਾਬ ਤੁਸੀਂ ਹੁਣ ਇੱਕ ਗੱਲ ਕਹੀ ਹੈ ਕਿ ਬਹੁਤ ਸਾਰੇ ਤੁਹਾਡੇ ਕੋਲ 200-300 ਕੇਸ ਆਏ ਨੇ ਜਿਹਦੇ ਵਿੱਚ ਉਹਨਾਂ ਨੂੰ ਮਿਸਗਾਈਡ ਕੀਤਾ ਗਿਆ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਉਹ ਮਿਸਗਾਈਡ ਤੁਹਾਨੂੰ ਲੱਗਦਾ ਕਿ ਆਪਣਿਆਂ ਨੇ ਕੀਤਾ ਮੈਂ ਆਪਣਿਆਂ ਦੇ ਵਿੱਚੋਂ ਇਹ ਕਹਾਂਗੀ ਕਿ ਜੇਕਰ ਇੰਡੀਅਨ ਤੇ ਇੰਡੀਅਨਸ ਨੇ ਹੀ ਕੀਤਾ ਤੁਹਾਨੂੰ ਲੱਗਦਾ ਕਿ ਐਸਾ ਹੀ ਹੋਇਆ ਦੋਵਾਂ ਪਾਸੋਂ ਹੀ ਠੀਕ ਕਹਿ ਲਓ ਹੁਣ ਆਪਾਂ ਕਿਸੇ ਦਾ ਨਾਂ ਤਾਂ ਮੈਂਸ਼ਨ ਕਰਨ ਨੂੰ ਰਹੇ ਪਰ ਦੋਵਾਂ ਪਾਸੋਂ ਤੁਸੀਂ ਕਹਿ ਸਕਦੇ ਹੋ ਕੁਛ ਚੀਜ਼ਾਂ ਦੇ ਆਪਣੇ ਸਟੂਡੈਂਟਸ ਵੀ ਗਲਤ ਨੇ ਮੈਂ ਇੱਕੋ ਪਾਸੇ ਨਹੀਂ ਕਹੂੰਗੀ ਇੰਪਲੋਇਸ ਇਹੋ ਜਿਹੇ ਕੇਸ ਵੀ ਆਏ ਜਿੱਦਾਂ ਹੁਣ ਅਸੀਂ ਵੀ ਕੰਮ ਕਰਾਏ ਸਾਨੂੰ ਇੰਪਲੋਇਸ ਦਾ ਫੋਨ ਵੀ ਆਉਂਦਾ ਵੀ ਜਾਂ ਸਾਰਾ ਚੀਜ਼ ਇੱਥੇ ਮਾੜੀ ਜੀ ਤੁਹਾਨੂੰ ਸਮਝ ਨਹੀਂ ਪੈਣੀ ਗਲਤ ਹੋ ਰਹੀ ਜਾਂ ਆਪਣੇ ਸਟੂਡੈਂਟਸ ਕੰਮ 'ਤੇ ਗਏ ਨਹੀਂ ਕਹਿ ਲਓ ਇੱਕ ਹੁਣ ਜੇ ਇੰਪਲੋਇਸ ਦਾ ਲਈਏ ਉਹਨਾਂ ਦਾ ਇਹ ਹੈ ਕਿ ਕੰਮ ਜਦੋਂ ਹੋ ਰਿਹਾ ਆ ਵਧੀਆ ਤਰੀਕੇ ਦੇ ਜਦੋਂ ਆਪਾਂ ਐਂਡ 'ਤੇ ਆ ਜਾਂਦੇ ਨਾ ਸਾਡੇ ਲੋਕਾਂ ਦਾ ਇਹ ਹੈਗਾ ਹੈ ਚੱਕਰ ਆ ਹੈ ਨਾ ਸ਼ੁਰੂ ਤੋਂ ਚੱਲਦਾ ਆ ਰਿਹਾ ਜਦੋਂ ਹੀ ਸਾਡਾ ਕੰਮ ਸਾਰਾ ਕੁਛ ਕਲੀਅਰਲੀ ਬੋਟਮ ਖਤਮ ਹੋਣ ਵਾਲਾ ਹੈ ਐਂਡ 'ਤੇ ਆਪਾਂ ਕੋਈ ਇਹੋ ਜਿਹੀ ਚੀਜ਼ ਕਰਦੇ ਜਾਂ ਇੰਪਲੋਈ ਬੈਕ ਆਫ ਕਰ ਗਿਆ ਉਹ ਉੱਥੇ ਫਿਰ ਜਿਹੜਾ ਨਾ ਉਹ ਛੋਟੀ ਜਿਹੀ ਮਿਸਟੇਕ ਉਹਦਾ ਜਿਹੜਾ ਟਾਈਮ ਹੈ ਹਰ ਇੱਕ ਹੁਣ ਟੀ ਆਰ ਦਾ 485 ਵੀਜ਼ਾ ਹੈ ਉਹਦਾ ਇੱਕ ਟਾਈਮ ਪੀਰੀਅਡ ਹੈ ਕਿਸੇ ਨੂੰ 18 ਮਹੀਨੇ ਦਾ ਕਿਸੇ ਨੂੰ 24 ਮਹੀਨੇ ਦਾ ਡਿਪੈਂਡਸ ਔਨ ਇਮੀਗ੍ਰੇਸ਼ਨ ਵੀ ਕਿੰਨਾ ਵੀਜ਼ਾ ਮਿਲਦਾ ਉਹ 'ਚ ਜਦੋਂ ਬੰਦੇ ਨੂੰ ਮਿਲਦਾ ਅੱਧਾ ਟਾਈਮ ਤੋਂ ਖੁਸ਼ੀ ਨੇ ਕੱਢ ਲੈਂਦਾ ਕਿ ਮੇਰੀ ਟੀ ਆਰ ਆ ਗਈ ਮੇਰੀ ਟੀ ਆਰ ਆ ਗਈ ਉਹ ਮੇਰੀ ਟੀ ਆਰ ਕਰਦੇ ਕਰਦੇ 2-3 ਮਹੀਨੇ ਦਾ ਪਤਾ ਹੀ ਨਹੀਂ ਲੱਗਦਾ ਫਿਰ ਜਦੋਂ ਪਤਾ ਲੱਗਦਾ ਜਦੋਂ ਆਪਾਂ ਜੋਬ ਰੈਡੀ ਪਾਉਣਾ ਹੈ ਇਹਦਾ ਇੱਕ ਸਾਲ ਦਾ ਪ੍ਰੋਸੈਸ ਆ 12 ਮੰਥ ਦਾ ਜਦੋਂ ਅਸੀਂ ਪਾਉਣਾ ਆ ਉਦੋਂ ਸਾਡੇ ਕੋਲ ਕਿਸੇ ਬੜੇ ਇਹੋ ਜਿਹੇ ਕਲਾਇੰਟ ਵੀ ਹੈਗੇ ਜਿਹਨਾਂ ਦੇ 11 ਮਹੀਨੇ ਦਾ ਵੀਜ਼ਾ ਰਹਿ ਗਿਆ ਕੰਮ ਹੋ ਗਿਆ ਸਾਰਾ ਸਮੂਥਲੀ ਗਿਆ 2-3 ਵਾਰੀ ਅਸੈਸਮੈਂਟ ਵੀ ਹੁੰਦੀ ਟੀ ਆਰ ਏ ਤੋਂ ਆ ਗਏ ਘਰ ਵੀ ਗਏ ਸਾਰਾ ਕੁਝ ਡਨ ਆ
एंड ते ऑनर बच गया उत्ते फिर ओदा जिहड़ी कीती कराई उह सारी खोज आ उह बेचारा की करे उत्ते इमीग्रेशन नूं समझना चाहीदा आ भी जिहड़ा बंदा आ उहने अपना टाइम पीरियड उह भावें 3 मंथ लाए भावें 6 महीने लाए उहदी प्रोपर पे आ रही तुहाडे कोल कोड हैगा उहनूं सारा कुछ टाइम उहदा खराब ना होए जे उहने हुण 11 महीने ला लए ते 12वें महीने इंप्लॉई भज गया उह स्टूडेंट दा फॉल्ट नहीं हैगा कोई भी स्टोरीज आई हैं असीं सबना नूं रिक्वेस्ट करदे हां कि आओ अज्ञान के अपनियां स्टोरीज दसो ताकि आन वाले स्टूडेंट्स नूं ओह मुश्किलां ना आ सकन या उस तरह दा कोई मिसगाइड ना कर सके जिस तरह दा कि तुहाडे नाल होया। दूसरी चीज़ तुसीं इह कही है कि जिस तरह इंप्लॉय बैक ऑफ कर गया या इंप्लॉयर बैक ऑफ कर गया दोनों पासे कुछ ना कुछ हो सकता है। कई वारी बेचारे स्टूडेंट दा कसूर नहीं हुंदा जिसा तुसीं कहा इमीग्रेशन नूं ਤੁਹਾਨੂੰ ਲੱਗਦਾ ਹੈ ਕਿ ਉਹ ਇਮੀਗ੍ਰੇਸ਼ਨ ਨੂੰ ਜੇਕਰ ਸਮਝਣ ਦੀ ਜ਼ਰੂਰਤ ਹੈ ਤਾਂ ਉਹਦੇ ਉੱਤੇ ਕੋਈ ਕੁਛ ਕਰ ਵੀ ਰਿਹਾ ਫੋਰ ਐਗਜ਼ਾਮਪਲ ਕਿ ਬੀਇੰਗ ਅ ਮਾਈਗ੍ਰੈਂਟ ਏਜੰਟ ਜਿਹੜੇ ਹੁੰਦੇ ਨੇ ਹਾਂਜੀ ਇਹ ਉਹਨਾਂ ਦੀ ਥੋੜ੍ਹੀ ਜਿਹੀ ਰਿਸਪੋਂਸਿਬਿਲਿਟੀ ਹੁੰਦੀ ਹੈ ਕਿ ਉਹ ਆਪਣੀ ਇੱਕ ਰਿਪੋਰਟ ਬਣਾ ਕੇ ਭੇਜਣ ਜਾਂ ਕੁਛ ਨਾ ਕੁਛ ਐਸਾ ਦੇ ਜਾਂ ਸਟੂਡੈਂਟਸ ਵੱਲੋਂ ਵੀ ਕੁਛ ਨਾ ਕੁਛ ਐਸਾ ਦੇ ਸਟੈਪਸ ਲਏ ਜਾ ਰਹੇ ਨੇ ਤਾਂ ਕਿ ਇਹਨਾਂ ਨੂੰ ਮੁਸ਼ਕਲਾਂ ਨੂੰ ਇੰਪਰੂਵ ਕੀਤਾ ਜਾ ਸਕੇ। ਮੇਰੇ ਖਿਆਲ ਨਾਲ ਸਟੂਡੈਂਟ ਦਾ ਡਾਇਰੈਕਟਲੀ ਅਪਰੋਚ ਮੈਨੂੰ ਨਹੀਂ ਲੱਗਦਾ ਕਰ ਸਕਦੇ ਸਟੂਡੈਂਟ ਇੱਕ ਤਾਂ ਨਵੇਂ ਹੁੰਦੇ ਆ ਨਵੇਂ ਉਹਨਾਂ ਨੂੰ ਸਾਰਾ ਕੁਝ ਨਵਾਂ ਕੰਟਰੀ ਨਵੀਂ ਆ ਲੈਂਗੁਏਜ ਨਵੀਂ ਆ ਸਾਰਾ ਕੁਝ ਨਵਾਂ ਮੈਨੂੰ ਨਹੀਂ ਲੱਗਦਾ ਉਹ ਡਾਇਰੈਕਟਲੀ ਅਪਰੋਚ ਕਰ ਸਕਦੇ ਪਰ ਮੇਰੇ ਖਿਆਲ ਸਾਨੂੰ ਰਿਕੁਐਸਟ ਆ ਜਿਹੜੇ ਏਜੰਟ ਵੀ ਦਾ ਸਾਰਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਰਿਕੁਐਸਟ ਆ ਵੀ ਇਕੱਠੇ ਹੋ ਕੇ ਸਾਰੇ ਕੋਈ ਇਦਾਂ ਦੀ ਕੁਛ ਵੀ ਕੁਛ ਕਰੋ ਤਾਂ ਕਿ ਆਨ ਵਾਲੇ ਸਟੂਡੈਂਟਸ ਨੂੰ ਤੇ ਉਹ ਲੀਗਲੀ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਉਹ ਕੀ ਕਰ ਸਕਦੇ ਆ ਹਨਾ ਉਹ ਨਹੀਂ ਉਹਦੇ ਵਾਸਤੇ ਬੋਲ ਸਕਦੇ ਸੀ ਕੁਛ ਪਰ ਉਹਨਾਂ ਨੂੰ ਚਾਹੀਦਾ ਮੇਰੇ ਖਿਆਲ ਇਕੱਠੇ ਹੋ ਕੇ ਸਾਰੇ ਤਾਂ ਉਹਦੇ ਤੇ ਤੁਸੀਂ ਕੋਈ ਸਟੈਪ ਲਓ ਤਾਂ ਕਿ ਜਿਹੜੇ ਇਹੋ ਜਿਹੇ ਸਟੂਡੈਂਟ ਆ ਫਰੈਸ਼ ਸਟੂਡੈਂਟ ਨੂੰ ਸਾਰੇ ਕੇਅਰ ਕਰਦੇ ਉਹਨਾਂ ਦੀ ਸਾਰੇ ਦੇਖਦੇ ਆ ਵੀ ਹਾਂ ਇਹਨੇ ਨਵਾਂ ਸ਼ੁਰੂ ਕਰਨਾ ਪਰ ਜਿਹੜੇ ਬਹੁਤ ਜ਼ਿਆਦਾ ਮੇਰੇ ਖਿਆਲ ਮੋਰ ਦੈਨ 50% ਇੱਦਾਂ ਦੇ ਸਟੂਡੈਂਟ ਹੋਣੇ ਜਿਨ੍ਹਾਂ ਦੇ ਕੇਸ ਇੱਕ ਇੱਕ ਦੋ ਦੋ ਮਹੀਨੇ ਕਰਕੇ ਇੱਦਾਂ ਲਟਕੇ ਹੋਏ ਆ ਤਾਂ ਉਹਨਾਂ ਲਈ ਵੀ ਪ੍ਰੋਪਰ ਮੇਰੇ ਖਿਆਲ ਕੋਈ ਇਮੀਗ੍ਰੇਸ਼ਨ ਨੂੰ ਜਾਂ ਏਜੰਟਸ ਨੂੰ ਰਲ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਕਿਉਂਕਿ ਏਜੰਟਸ ਦੀ ਅਪਰੋਚ ਹੁੰਦੀ ਹੈ ਇਮੀਗ੍ਰੇਸ਼ਨ ਤੱਕ ਤਾਂ ਉਹਨਾਂ ਨੂੰ ਜਾਂ ਕਿਸੇ ਮਿਨਿਸਟਰ ਤੱਕ ਜਾਂ ਮਿਨਿਸਟਰੀ ਨੂੰ ਕਿਸੇ ਨੂੰ ਲਿਖ ਕੇ ਪਾ ਸਕਦੇ ਆ ਕੁਛ ਵੀ ਉਹਨਾਂ ਲਈ ਵੀ ਕੋਈ ਉਹਨਾਂ ਨੂੰ ਪਲਾਨ ਬਣਾਉਣਾ ਚਾਹੀਦਾ ਕਿਉਂਕਿ ਉਹ ਸਟੂਡੈਂਟ ਦੀ ਤਾਂ ਲਾਈਫ ਸਪੈਨ ਹੋ ਜਾਂਦੀ ਆ ਉਹਦੇ ਕੋਲ ਦੂਜਾ ਚਾਂਸ ਵੀ ਹੈ ਨਹੀਂ ਅਗਰ ਅਸੀਂ ਮੈਂ ਇਸ ਤੋਂ ਇਲਾਵਾ ਗੱਲ ਕਰਾਂ ਤੇ ਬੀਇੰਗ ਇਨ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਸਟੂਡੈਂਟਸ ਨੂੰ ਲੈ ਕੇ ਜੋਬ ਤੋਂ ਇਲਾਵਾ ਹੋਰ ਕੀ ਮੁਸ਼ਕਲਾਂ ਆ ਰਹੀਆਂ ਜਾਂ ਜੋਬ ਨਾਲ ਰਿਲੇਟਡ ਹੋਰ ਕਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਵਾਕਈ ਇਸ ਟਾਈਮ ਤੇ ਹੈਗੀ ਹੋਰ ਸਭ ਤੋਂ ਵੱਡੀ ਪ੍ਰੋਬਲਮ ਤਾਂ ਜਿੱਦਾਂ ਬੀਇੰਗ ਇੰਪਲੋਇਮੈਂਟ ਏਜੰਸੀ ਚਲਾਉਣ ਦੇ ਨਾਲ ਸਾਨੂੰ ਜਿੱਦਾਂ ਕਾਫੀ ਕਾਲਸ ਇੱਦਾਂ ਦੀਆਂ ਵੀ ਅੱਜ ਕੱਲ੍ਹ ਆ ਰਹੀਆਂ ਸਟੂਡੈਂਟਸ ਦੀਆਂ ਵੀ ਸਾਨੂੰ 20 hours ਉਹਨਾਂ ਕੋਲ ਵਰਕ ਰਾਈਟਸ ਹੁੰਦੇ ਸਾਨੂੰ ਉਹ 20 hours ਵੀ ਕੰਮ ਨਹੀਂ ਮਿਲ ਰਿਹਾ ਅੱਜ ਦੇ ਟਾਈਮ ਦੇ ਵਿੱਚ ਕਾਫੀ ਆਸਟ੍ਰੇਲੀਆ ਦੇ ਵਿੱਚ ਕਾਫੀ ਇਹ ਪ੍ਰੋਬਲਮ ਆਈ ਹੋਈ ਹੈ ਸਟੂਡੈਂਟਸ ਨੂੰ ਕੰਮ ਨਹੀਂ ਮਿਲ ਰਿਹਾ ਨਹੀਂ ਮਿਲ ਰਿਹਾ ਉਹਨਾਂ ਨੂੰ 20 hours ਕੰਮ ਨਹੀਂ ਮਿਲ ਰਿਹਾ 20 hours ਨਹੀਂ 20 hours ਵੀ ਨਹੀਂ ਮਿਲ ਰਿਹਾ ਇਹਦੇ ਪਿੱਛੇ ਕਾਰਨ ਕੀ ਹੈ ਇੱਥੋਂ ਦੀ ਜਿਹੜੀ ਮਾਰਕੀਟ ਦਾ ਹੈਗਾ ਜੌਬਸ ਨਹੀਂ ਹੈਗੀਆਂ ਜਾਂ ਫਿਰ ਸਟੂਡੈਂਟਸ ਲਈ ਉਹਨਾਂ ਨੇ ਪਹਿਲਾਂ ਹੀ ਕੰਪਨੀਆਂ ਨਹੀਂ ਸਕਤੀਆਂ ਕਰਤੀਆਂ ਕਿਸੇ ਸਟੂਡੈਂਟਸ ਨੂੰ ਨਹੀਂ ਦੇਣ ਕੀ ਕਾਰਨ ਲਈ ਮੈਂ ਕਹੂੰਗਾ ਕਿ ਜਿਹੜਾ ਇਮੀਗ੍ਰੇਸ਼ਨ ਦਾ ਰੂਲ ਹੈ 20 hours ਵਰਕ ਪਹਿਲੀ ਗੱਲ ਤੇ ਉਹ ਸਰਵਾਈਵ ਨਹੀਂ ਕਰ ਸਕਦੇ ਜੇ ਤੁਸੀਂ ਉਦੋਂ ਘਰ ਦਾ ਰੈਂਟ ਵੇਖਾਂਗੇ ਤੇ ਉਹ ਜਮਾਨੇ ਜਦੋਂ ਜੇ ਮੈਂ ਆਪਣੀ ਵੀ ਗੱਲ ਕਰਾਂ 2007 ਦੀ ਜਾਂ 5 ਦੀ ਉਦੋਂ ਘਰ ਦੇ ਰੈਂਟ ਕੋਈ 200-250 ਚੱਲ ਜਾਂਦਾ ਸੀ ਅੱਜ ਦੇ 450 ਹੈ ਸਟੂਡੈਂਟ
स्टूडेंट सर्वाइव नहीं कर सकता। फिर दिक्कतें कितने आने स्टूडेंट दी फीस उही गल आप पहला भी कह चुके कि घरों पैसे फड़ के आए ने लोन चक के आए हैं बैंकों को उन्होंने बेचारों टेंशन है अभी पिछे भी भेजना है इतने फीस भी पे करनी है फिर अपनी फील्ड उन्होंने जॉब नहीं मिलती वो अपना घर पूरन के चक्कर च बेचारे या पिछे का पूरन के चक्कर अपना जो फ्यूचर है वह खराब हो ही जाए सारा कुछ खराब हो गया एंड ऑफ द डे हूँ साढ़े को हूँ मेरे को भी यह केस हम पिछले वीक की ला लो तो मैं होशम से मेरी मीटिंग किसी न क्लाइंट न किसी का क्लाइंट का काम कराया उ मेरी उसका मीटिंग में गया उन्हें मैंने कहा कि जब सू होर की लड़ है यार प्लीज मैं होर प्रोवाइड करो मैं मैं स्टाफ मैं चाहिए पर अपने लोग इतों जॉब नहीं छड़ना चाहते क्योंकि उन्होंने सैटिंग आई कि साडा काम चल रहा पर वो फ्यूचर नहीं देख रहे हम जे तुम एक थान काम कर रहे हो तो फील्ड नहीं हैगी जब तक एक्सपीरियंस नहीं है कोई तो अगर चीज़ कोई कर नहीं सकते पर स्टूडेंट भी अपने बेचारे की करना नहीं जा कंट्री साइड नहीं जाना पसंद करेंगे साडा भी काम जाना उत्थे सानू इन्ने पैसे नहीं भरने ते रेंट भी जॉब भी जॉब साइड जॉब भी घट हैगियां सो जे इहदे नाल रिलेटेड आपां गल करिए जिदा इमीग्रेशन डिपार्टमेंट ने नवा वीजा इंट्रोड्यूस कीता 491 वीजा अच्छा जदों ओह वीजा बड़ी इंटरेस्टिंग गल है जदों वीजा लॉन्च कीता सी ना ਉਹ ਵੀਜ਼ੇ ਨੂੰ ਦੇਖ ਕੇ ਸਾਰਿਆਂ ਨੂੰ ਲੱਗਦਾ ਸੀਗਾ ਵੀ ਇਹ ਵੀਜ਼ੇ ਨੇ ਸਾਰਿਆਂ ਦੇ ਭਾਰ ਖੋਲਦੇ ਨੇ ਸਾਰਿਆਂ ਨੇ ਪੱਕੇ ਹੋ ਜਾਣੇ ਸੀ ਪਰ ਜਦੋਂ ਵੀਜ਼ਾ ਲਾਂਚ ਕੀਤਾ ਸੀ ਉਦੋਂ ਬਹੁਤ ਵਧੀਆ ਕੰਡੀਸ਼ਨ ਸੀਗਾ ਉਹਦੇ ਨੋਰਮਲ ਜਿੱਦਾਂ ਕਿ ਸੁਣਿਆ ਜਾ ਰਿਹਾ ਸੀ ਪਰ ਜਦੋਂ ਹੀ ਉਹ ਵੀਜ਼ਾ ਲਾਂਚ ਕਰਨ ਤੋਂ 15 ਦਿਨ ਵਿਦ ਇਨ 15 ਡੇਜ਼ ਦੇ ਵਿੱਚ ਉਹਨਾਂ ਨੇ ਇੰਨੀਆਂ ਜ਼ਿਆਦਾ ਚੇਂਜਸ ਕਰਤੀਆਂ ਉਹਦੇ ਵਿੱਚ ਉਹ ਵੀਜ਼ਾ ਉਹਦੀਆਂ ਕੰਡੀਸ਼ਨ ਹੀ ਨਹੀਂ ਫੁਲਫਿਲ ਕਰ ਸਕਦੇ ਤੁਸੀਂ ਅੱਛਾ ਵੀਜ਼ਾ ਉਦੋਂ ਬਸ ਇਕੱਲੀ ਇਕੱਲੀ ਸਟੇਟ ਨੇ ਆਪਦੀ ਆਪਦੀ ਕੰਡੀਸ਼ਨ ਰੱਖੀ ਹੈ ਮਨ ਸਪੋਜ਼ ਕੋਈ ਵੀ ਵਿਕਟੋਰੀਆ 'ਚ ਰਹਿ ਰਿਹਾ ਵਿਕਟੋਰੀਆ ਨੇ ਕੰਡੀਸ਼ਨ ਲਾਈ ਆ ਵੀ ਤੁਸੀਂ ਕੰਟਰੀ ਸਾਈਡ ਤੋਂ ਤੁਹਾਨੂੰ 12 ਮੰਥ ਦਾ ਜੌਬ ਕੰਟਰੈਕਟ ਚਾਹੀਦਾ ਜਿਹੜੇ ਤੁਸੀਂ ਸਟੱਡੀ ਕੀਤੀ ਹੈ ਹੁਣ ਕੰਟਰੀ ਸਾਈਡ 'ਚ ਜਾਣਦੇ ਨਹੀਂ ਸਟੂਡੈਂਟ ਕਿਸੇ ਨੂੰ ਵੀ ਨਹੀਂ ਜਾਣਦੇ ਜਾਂ ਜੌਬ ਅਪਲਾਈ ਵੀ ਕਰਦੇ ਨਹੀਂ ਫਰੈਸ਼ ਪਰ ਕੰਟਰੀ ਸਾਈਡ ਤੋਂ ਫਿਰ ਆਪਣੀ ਯੂਨੀ 'ਚ ਪੜ੍ਹਨ ਕਿਸਾਨ ਮੈਂ ਇੱਕ ਨਹੀਂ ਉਹ ਵੀਜ਼ਾ ਹੀ ਫਿਰ ਜੋ ਸਾਰਾ ਕੁਝ ਖਤਮ ਹੋ ਗਿਆ ਤਾਂ ਸਟੱਡੀ ਕਰ ਲਈ ਉਸ ਤੋਂ ਬਾਅਦ ਤੁਸੀਂ ਮੈਂ ਇੱਕ ਗੱਲ ਹੋਰ ਬੜੀ ਵਜ੍ਹਾ ਕਹਿ ਜਾਊਂਗਾ ਇਹਦੀ ਗਵਰਨਮੈਂਟ ਹੈ ਨਾ सब कुछ पॉलिटिक्स पॉलिटिक्स बड़ी गंदी पॉलिटिक्स है जी एक पास गवर्नमेंट कहती है कि असी तो कंट्री सू प्रमोट कर रहे हैं जी अपने हिसाब से ना जी पार्लीमेंट या कुछ भी बोलो नहीं कहते ये हस कह रहे आह वीजा लॉन्च किया तो बहुत तगड़ा वीजा जी अभी तो देखो कि सेल अपना कंट्री सू कि फिलअप कर रहे हैं पर कंडीशनस कंडीशनस की है तुम अपनी फील्ड में इंप्लॉयमेंट लैटर चाहिए उस तो बिना फिर वही गल आ गई हर कोई अपने अपने जो इंपलॉयर्स ने बड़े खुश ने कि साढ़े भाग फिर खुल गए ठीक है मैं हम बदला मैं बोल नहीं सकता सॉरी पर वो बड़े खुश ने साढ़े भाग खुल गए पर द थिंग इज कि जी इमीग्रेशन है ना जॉलिटिक्स कह लो आ चीज़ा नहीं सी चाहिए जो 491 तो वाकई कंट्री सू प्रमोट कर रहे थे ना कोई इंपलॉयमेंट लैटर नहीं चाहिए तो भेजो बच्चे जानू हैप्पी से सारे स्टूडेंट बड़े बड़े लोग हैप्पी से भी हाँ कोई तो ये कंडीशन रखी इंपलॉयमेंट लैटर की ਫੇ ਕੰਡੀਸ਼ਨ ਰੱਖੀ $53,000 ਜਾਂ $54,000 ਪੈਕੇਜ ਉਹ ਤੇ ਬੈਂਕ ਬੰਦ ਨਾ ਹੋ ਰਿਹਾ ਇੰਨਾ ਪੈਕੇਜ ਤੇ ਉਹ ਤੇ ਬੈਂਕ ਬੰਦ ਉਹ ਤੇ ਨਹੀਂ ਮਟੇਨ ਭਾਵੇਂ ਨਾ ਕਰਨੋ ਜਦੋਂ ਤੱਕ ਆ ਗਿਆ ਵੀਜ਼ਾ ਪਰ ਫੇਰ ਵੀ ਤੁਸੀਂ ਮੈਨੂੰ ਦੱਸੋ ਕਿ ਮੈਲਬਰਨ ਚ ਜੇ ਆਪਾਂ ਮੈਲਬਰਨ ਰਹਿ ਰਹੇ ਹਾਂ ਮੈਨੂੰ ਨਹੀਂ ਲੱਗਦਾ 53,000 ਪੈਕੇਜ ਕਿਸੇ ਨੂੰ ਮਿਲਦਾ ਕਿ ਔਖਾ ਹੋ ਗਿਆ ਹਾਊ ਕਮ ਸਟੂਡੈਂਟਸ ਫਾਈਨ ਇਨ ਕੰਟਰੀ ਸਾਈਡ ਕਿ 53,000 ਨਹੀਂ ਹੈ ਉਹਨੂੰ ਤੇਨਾ ਪੈਕੇਜ ਨਹੀਂ ਮਿਲ ਸਕਦਾ ਫਿਰ ਉਹ ਸਟੂਡੈਂਟਸ ਵਿਚਾਰੇ ਇੰਨੇ ਦੂਰ ਦੂਰ ਸਾਡੇ ਮੇਰੇ ਕੋ ਰੋਜ਼ਾਨਾ ਮੈਂ ਦੇਖਾ ਦੇ ਮੇਰੇ ਕੋ 35 ਤੋਂ 40 ਕੋਲ ਆ ਜਾਂ ਕੋਈ ਪਰਥ ਤੋਂ ਆ ਰਹੀ ਹੈ ਕੋਈ ਬ੍ਰਿਸਬਨ ਤੋਂ ਆ ਰਹੀ ਹੈ 40 ਤਾਂ ਬਹੁਤ ਜ਼ਿਆਦਾ ਸੀਰੀਅਸਲੀ ਤੇ ਸਪੈਸ਼ਲੀ ਮੈਨੂੰ ਸਭ ਤੋਂ ਵੱਧ ਦੁੱਖ ਉੱਥੇ ਹੁੰਦਾ ਜੋ ਮੈਂ ਹੁਣ ਫੀਲ ਕੀਤਾ ਕੁੜੀਆਂ ਵਿਚਾਰੀਆਂ ਜਿਹੜੀਆਂ ਇਕੱਲੀਆਂ ਜਾਂ ਕੁਛ ਵੀ ਉਹਨੀਆਂ ਪਰੇਸ਼ਾਨ ਨਾ ਵੀਰ ਜੀ ਸਾਡਾ ਕੰਮ ਆਹ ਇੱਦਾਂ ਹੋ ਜੂਗਾ ਵੀਰ ਜੀ ਇੱਦਾਂ ਹੋਜੂਗਾ ਇਟਸ ਵੈਰੀ ਹਾਰਡ ਇੱਕ ਕੋਈ ਜਾਣ ਇੱਥੇ ਮੈਲਬਰਨ ਨਹੀਂ ਕਿਸੇ ਨੂੰ ਕੋਈ ਨਾ ਜਾਣਦਾ ਅਤੇ ਕੰਟਰੀ ਸਰ ਕਿੱਥੋਂ ਫਾਈਨ ਕਰ ਲੂੰਗੀ ਅਤੇ ਬਟ ਆਪਾਂ ਬਹੁਤ ਵਧੀਆ ਤਰੀਕੇ ਦੇ ਆਪਾਂ ਵਰਕਆਊਟ ਕਰਦੇ ਪਏ ਹਾਂ ਵੀ ਜਿਹੜੀ ਗੱਡੀ ਵੀ ਉਹ ਵੀ ਪਿਛਲੇ 2 ਹਫ਼ਤਿਆਂ 'ਚ ਚੱਲ ਗਈ ਹੈ 15-16 ਘੰਟੇ ਅਤੇ ਈਜ਼ਲੀ ਸੀਰੀਅਸਲੀ ਆਪਾਂ ਬਹੁਤ ਭੱਜ ਨੱਠ ਕਰ ਰਹੇ ਵੀ ਹਾਂ ਬਣ ਜੇ ਕਿਸੇ ਨਾ ਕਿਸੇ ਲਿੰਕਸ ਬਟ ਹਾਰਡ ਆ ਤੁਸੀਂ ਇਸ ਫੀਲਡ ਦੇ ਵਿੱਚ ਤੁਹਾਨੂੰ ਇੰਨਾ ਐਕਸਪੀਰੀਅੰਸ ਹੋ ਗਿਆ ਤੁਸੀਂ ਕਹਿ ਰਹੇ ਹੋ ਹਾਰਡ ਹੈ ਅਤੇ ਮੈਂ ਇਹ ਸੋਚ ਰਹੀ ਹਾਂ ਕਿ ਉਹਨਾਂ ਸਟੂਡੈਂਟਸ ਲਈ ਕਿੰਨਾ ਕੁ ਹਾਰਡ ਹੋਏਗਾ ਜਿਹੜੇ ਐਕਚੁਅਲ ਦੇ ਵਿੱਚ ਇਹ ਸਭ ਚੀਜ਼ਾਂ ਨੂੰ ਫੇਸ ਕਰ ਰਹੇ ਤੁਸੀਂ ਸਿਰਫ ਗੱਲਾਂ ਕਰ ਰਹੇ ਹੋ ਅਤੇ ਟਰੱਸਟ ਮੀ ਮੇਰੇ ਗੂਸਬੰਪਸ ਖੜੇ ਹੋ ਰਹੇ ਨੇ ਕਿ ਸਟੂਡੈਂਟਸ ਕਿੰਨੀਆਂ ਮੁਸ਼ਕਿਲਾਂ ਦੇ ਵਿੱਚ ਤੁਹਾਡੀ ਕਿੰਨੀਆਂ ਕੁ ਮੁਸ਼ਕਿਲਾਂ ਇੱਥੇ ਦੇਖ ਰਹੇ ਨੇ ਜਿੰਨੀਆਂ ਸ਼ਾਇਦ ਅਸੀਂ ਨਹੀਂ ਹੋਣੀਆਂ ਦੇਖੀਆਂ ਹੋਣੀਆਂ ਜਾਂ ਕਿਸੇ ਸੋਚੀਆਂ ਵੀ ਨਹੀਂ ਹੋਣੀਆਂ ਜਿਸ ਤਰ੍ਹਾਂ ਕਿ ਹੁਣ ਦੇ ਸਟੂਡੈਂਟਸ ਜਿਹੜੇ ਨੇ ਉਹ ਕਰ ਰਹੇ ਨੇ ਲੇਕਿਨ ਟਾਈਮ ਬਹੁਤ ਥੋੜ੍ਹਾ ਹੈਗਾ ਆਪਣੇ ਕੋਲ ਗੱਲਾਂ ਬਹੁਤ ਜ਼ਿਆਦਾ ਨੇ
एक चीज मैं सिर्फ ऐड करना चाहती थी कि जितना तुसी कहा कि गलतियां दोनों पासे हो रही हैं ना, स्टूडेंट्स भी नहीं समझ रहे, एक प्रॉब्लम नहीं कर सकते, बिल्कुल सही बात है। ए चीज भी मैं कहना चाहूंगी वाकई गल सही है, बहुत सारे ऐसा दे मेनू ਭੈਣ ਭਰਾ ਅੱਗੇ ਵੀ ਮਿਲੇ ਨੇ ਜਿਹੜੇ ਸਾਡੇ ਨਾਲ ਪੱਕੇ ਹੋਏ ਨੇ, ਉਹ ਵੀ ਗੱਲ ਕਰਦੇ ਨੇ ਕਹਿੰਦੇ ਅਸੀਂ ਸਟੂਡੈਂਟਸ ਦੀ ਮਦਦ ਕਰਨਾ ਚਾਹੁੰਦੇ ਹਾਂ, ਲੇਕਿਨ ਬਹੁਤ ਵਾਰੀ ਸਟੂਡੈਂਟਸ ਨੂੰ ਸਮਝ ਨਹੀਂ ਲੱਗਦੀ ਹੈ ਕਿ ਉਹ ਕੰਮ ਕੁਛ ਆਸਟ੍ਰੇਲੀਆ ਦੇ ਰੂਲਸ ਨੇ, ਵਾਂਸ ਅਗੇਨ ਉਹਨਾਂ ਨੂੰ, ਕਿਉਂਕਿ ਅਸੀਂ ਸ਼ਾਇਦ ਇੰਨੀ ਦੇਰ ਹੋ ਗਈ ਰੂਲਸ ਨੂੰ ਸਮਝ ਚੁੱਕੇ ਹਾਂ, ਜਾਂ ਸਾਡੇ ਟਾਈਮ 'ਤੇ ਇੰਡੀਅਨਸ ਘੱਟ ਸੀਗੇ ਅਤੇ ਅਸੀਂ ਰੂਲਸ ਨੂੰ ਜਲਦੀ ਸਮਝ ਲਿਆ, ਈਜ਼ੀਲੀ ਸਮਝ ਲਿਆ, ਲੇਕਿਨ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਉਹ ਸਮਝ ਨਹੀਂ ਪਾ ਰਹੇ ਅਤੇ ਇਸ ਕਰਕੇ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਐਡਜਸਟਮੈਂਟਸ ਦੇ ਵਿੱਚ। ਤੇ ਕਿਤੇ ਨਾ ਕਿਤੇ ਸਾਨੂੰ ਦੋਨੋਂ ਪਾਸਿਆਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ, ਸਟੂਡੈਂਟਸ ਦੀ ਲਾਈਫ ਤੇ ਵੀ ਔਰ ਸਟੂਡੈਂਟਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਇਹ ਤੇ ਲਾਈਫ ਤੇ ਵੀ। ਅਸੀਂ ਤਾਂ ਨਹੀਂ ਹੈਲਪ ਕਰ ਸਕਦੇ ਹਾਂ ਜੀ ਵਾਹਿਗੁਰੂ ਦੀ ਮਿਹਰ ਨਾਲ, ਅਸੀਂ ਮਤਲਬ ਜੋ ਵੀ ਆਪਾਂ ਕੰਪਨੀ ਖੋਲ੍ਹੀ ਆਪਾਂ ਕਾਫੀ 70-80 ਕੇਸ ਆਪਾਂ ਸਕਸੈਸਫੁਲ ਕਰ ਚੁੱਕੇ ਹਾਂ, ਪਰ ਇੱਕ ਸਾਡੀ ਸਭ ਤੋਂ ਵੱਡੀ ਇਹੀ ਚੀਜ਼ ਕਹਾਂਗੇ ਵਾਹਿਗੁਰੂ ਦੀ ਮਿਹਰ ਨਾਲ ਕਿ ਆਪਾਂ, ਮੈਨੂੰ ਪਰਸੋਂ ਵੀ ਫੋਨ ਆਇਆ ਸੀ ਦੋਵਾਂ ਤਿੰਨਾਂ ਜਣਿਆਂ ਦੇ ਕੁੜੀਆਂ ਦੇ ਕਿ ਭਾਈ ਤੁਹਾਡੀ ਫੀਸ ਕਰਨੀ ਹੈ, ਸਾਡੀ ਕੋਈ ਫੀਸ ਨਹੀਂ ਹੈਗੀ, ਵੀ ਡੋਨਟ ਚਾਰਜ ਨਥਿੰਗ, ਜਦੋਂ ਤੁਹਾਡਾ ਟਾਈਮ ਲੱਗਦਾ ਹੈ ਆ ਕੇ ਇੱਕ ਪ੍ਰੋਪਰ ਸਲਾਹ ਲਓ, ਮੈਂ ਤਾਂ ਇਹ ਗੱਲ ਕਹੂੰਗੀ ਕਿ ਪ੍ਰੋਪਰ ਸਲਾਹ ਲਓ, ਤੁਸੀਂ ਕਿਤੇ ਵੀ ਜਾਂਦੇ ਹੋ ਕੋਈ 100 ਰੁਪਏ ਚਾਰਜ ਕਰ ਰਿਹਾ, ਕੋਈ 200 ਕਰ ਰਿਹਾ, ਉਹ ਚਾਰਜ ਨਥਿੰਗ, ਬਟ ਇਹ ਹੈ ਕਿ ਆਪਣੀ ਪ੍ਰੋਪਰ ਸਲਾਹ ਲਓ, ਇੱਕ ਆਪਣੀ ਫੀਲਡ ਵੱਲ ਅਸੀਂ ਫੀਲਡ 'ਚ ਮਦਦ ਕਰਦੇ ਹਾਂ, ਵੈਰੀ ਸੂਨ ਵਾਹਿਗੁਰੂ ਨੇ ਮੇਲ ਕੀਤੀ ਦੇਖ ਕੇ ਇਹਨੂੰ ਪ੍ਰੋਪਰ ਇੰਪਲੋਇਮੈਂਟ ਏਜੰਸੀ ਸਾਰੀਆਂ ਫੀਲਡ ਵਿੱਚ ਖੋਲ੍ਹਾਂਗੇ, ਕਰਾਂਗੇ ਵੀ ਆਪਾਂ ਉਹ ਵਰਕਆਊਟ ਕਰਾਂਗੇ ਮੇ ਬੀ ਐਂਡ ਆਫ ਦਿਸ ਈਅਰ, ਪਰ ਫਿਲਹਾਲ ਅਸੀਂ ਜਿਹੜਾ ਹੈ ਆਪਣਾ ਟ੍ਰੇਡ ਜਿਹਨੂੰ ਵੀ ਐਕਸਪੀਰੀਅੰਸ ਚਾਹੀਦਾ ਆਪਾਂ ਉਹਦੇ ਵਿੱਚ ਮਦਦ ਕਰਦੇ ਹਾਂ। ਸਟੂਡੈਂਟਸ ਨੂੰ ਸ਼ਾਇਦ ਸਭ ਤੋਂ ਮੇਨ ਚੀਜ਼ ਚਾਹੀਦੀ ਹੈ ਕਿ ਉਹਨਾਂ ਦੇ ਬਜਟ ਵੀ ਨਾ ਹਿੱਲੇ, ਬੜੀ ਮਿਹਨਤ ਨਾਲ ਉਹ ਕੰਮ ਪੈਸਾ ਕਮਾ ਰਹੇ ਨੇ, ਕੰਮ ਕਰ ਰਹੇ ਨੇ, ਔਰ ਗਾਈਡੈਂਸ ਵੀ ਚਾਹੀਦੀ ਹੈ, ਔਰ ਜਿਸ ਤਰ੍ਹਾਂ ਕਿ ਟਾਈਮ ਬਹੁਤ ਥੋੜ੍ਹਾ, ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਇਹੀ ਕਹਾਂਗੀ ਕਿ ਅਗਰ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦੇ ਕੋਈ ਕੁਐਸਚਨ ਹੈਗੇ ਨੇ ਪਲੀਜ਼ ਕਮ ਫੋਰਵਰਡ, ਅਗਰ ਤੁਸੀਂ ਜੋਬ ਰੈਡੀ ਲਿੰਕ ਵਾਲਿਆਂ ਨੂੰ ਮਿਲਣਾ ਹੈ ਤਾਂ ਤੁਹਾਡੇ ਸਾਹਮਣੇ ਵੀ ਬੈਠੇ ਹੋਏ, ਉਹਨਾਂ ਦਾ ਨੰਬਰ ਥੱਲੇ ਦਿੱਤਾ ਹੋਇਆ, ਉਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ, ਔਰ ਬੀਇੰਗ ਅ ਸਟੂਡੈਂਟ ਜਾਂ ਤੁਹਾਡੇ ਕੋਲ ਕੋਈ ਵੀ ਇਸ ਦੀ ਐਗਜ਼ਾਮਪਲ ਆਸ ਪਾਸ ਹੈਗੀ, ਅਗਰ ਕਿਸੇ ਨਾਲ ਕੁਛ ਵੀ ਤੁਸੀਂ ਆਪਣਾ ਸ਼ੇਅਰ ਕਰਨਾ ਚਾਹੁੰਦੇ ਹੋ, ਆਪਣੀਆਂ ਸਟੋਰੀਜ਼ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ, ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ, ਤਾਂ ਪਲੀਜ਼ ਸਾਨੂੰ ਕੰਟੈਕਟ ਜ਼ਰੂਰ ਕਰੋ, ਇਸੇ ਜਗ੍ਹਾ ਦੇ ਉੱਤੇ ਬੈਠ ਕੇ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਪ੍ਰੋਬਲਮਸ ਨੂੰ ਅੱਗੇ ਲੈ ਕੇ ਆਵਾਂਗੇ, ਔਰ ਕਿਸੇ ਦਾ ਹੋ ਸਕਦਾ ਕਿ ਸ਼ਾਇਦ ਸਾਥ ਹੀ ਬਣ ਜਾਏ। ਸਟੂਡੈਂਟਸ ਨੂੰ ਮੈਂ ਕਹਾਂਗੀ ਕਿ ਜ਼ਰੂਰ ਜ਼ਰੂਰ ਅੱਗੇ ਆਓ, ਗਾਈਡੈਂਸ ਦਿਓ ਆਪਣੇ ਆਉਣ ਵਾਲੇ ਭੈਣ ਭਰਾਵਾਂ ਨੂੰ, ਤਾਂ ਕਿ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਹੋ ਸਕਣ। ਸੋ ਇਹਦੇ ਨਾਲ ਹੀ ਮੇਰੇ ਵੱਲੋਂ ਸਭਨਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ।